ਉਹ ਸਾਡਾ ਡੱਗਿਆ ਤਾਂ ਪਾਣੀ ਵੀ ਨਹੀਂ ਮੰਗਦਾ ਆ ਜਾ ਤੈਨੂੰ ਦੇਖ ਨੇ ਬਣਾਉਂਦੇ ਆ ਸੁੱਕੇ ਸੁੱਖ ਕਹਿ ਕੇ ਸੁੱਖ ਸੰਕੇੜਾ ਵਾਟਸ ਅਪ ਯੋ ਹੈਲੋ एवरीवन ਗਾਣਾ ਰਾਜਵੀਰ ਵੀਰੇ ਦਾ ਗਾਣਾ ਬਹੁਤ ਹੀ ਘੈਂਟ ਅਤੇ ਬਿਗ ਬਰਡ ਦਾ ਮਿਊਜ਼ਿਕ ਯੈਸ ਰੈਕਡਸ ਉਹਨਾਂ ਨੇ ਕਰਨਾ ਲਿਖਿਆ ਵੀਰੇ ਲਿਖਿਆ ਬਬਲਾ ਬਿਰਕ ਨਵਾਂ ਮੁੰਡਾ ਰਾਈਟਰ ਆ ਜੀ ਬਹੁਤ ਵਧੀਆ ਗਾਣਾ ਲਿਖਿਆ ਔਰ ਇਹ ਗਾਣਾ ਮੈਨੂੰ ਇੱਦਾਂ ਲੱਗਦਾ ਵੀ ਆਹਲੇ ਸੀਜ਼ਨ ਦਾ ਸਭ ਤੋਂ ਬੈਸਟ ਗਾਣਾ ਹੋਊਗਾ ਔਰ ਮੈਨੂੰ ਲੱਗਦਾ ਇਹਦੇ 'ਤੇ ਇੰਨੀਆਂ ਕੁ ਪ੍ਰੀ ਵੈਡਿੰਗਸ ਬਣ ਗਈਆਂ ਪਹਿਲਾਂ ਜਿਵੇਂ ਸਾਡਾ ਇੱਕ ਕੰਗਣੀ ਗਾਣਾ ਸੀ ਉਹਦੇ 'ਤੇ ਬਹੁਤ ਸਾਰੇ ਲੋਕਾਂ ਨੇ ਵੀਡੀਓ ਬਣਾਈਆਂ ਸੀ ਅਤੇ ਇਹ ਵਾਲਾ ਗਾਣਾ ਜਿਹੜਾ ਇਹ ਬਿਲਕੁਲ ਕੰਗਣੀ ਤੋਂ ਨੈਕਸਟ ਲੈਵਲ ਜਿਹੜਾ ਆਪਾਂ ਕਹਿ ਲਈਏ ਅਤੇ ਤੁਸੀਂ ਇਹਦੇ 'ਤੇ ਆਪਣੇ ਵਿਆਹਾਂ ਦੀਆਂ ਜਿਹੜੀਆਂ ਉਹ ਬਣਾਉਂਦੇ ਹੁੰਦੇ ਅੱਜ ਕੱਲ੍ਹ ਜਿਹੜੀਆਂ ਸਕਰੀਨਾਂ 'ਤੇ ਚੱਲਦੀਆਂ ਨੇ ਵਿਆਹਾਂ 'ਚ ਭੱਜ ਕੇ ਕੁੜੀਆਂ ਦਾ ਜਿਹੜੇ ਨਵੇਂ ਜਿਹਨਾਂ ਦੇ ਵਿਆਹ ਹੁੰਦੇ ਆ ਉਹ ਬਣਾ ਸਕਦੇ ਹੋ ਯੈਸ ਇਹ ਜਿਹੜਾ ਸਾਡਾ ਗੋਰਾ ਔਖਾ ਕਰਦਾ ਸੀਗਾ ਕਹਿੰਦਾ ਸੀ ਤੁਸੀਂ ਇੱਥੇ ਕੀ ਕਰਦੇ ਹੋ ਅਸੀਂ ਉਹਨੂੰ ਪਾਰਟ ਬਣਾ ਲਿਆ ਆਪਦੀ ਵੀਡੀਓ ਦਾ ਹੀ ਤੂੰ ਆਹ $20 ਲੈ ਲਈ ਤੂੰ ਇੱਧਰ ਵੀਡੀਓ 'ਚ ਆ ਹਾਂਜੀ ਬਣੀ ਜਾਂਦਾ ਬਲੌਗ ਹਾਂਜੀ ਬਣਨਾ ਚਾਹੀਦਾ ਚੰਗੀ ਗੱਲ ਹੈ ਮੈਂ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਵੀ ਵੱਧ ਤੋਂ ਵੱਧ ਬਲੌਗ ਬਣਾਏ ਜਾਣ ਤਾਂ ਕਿ ਸਾਡੇ ਸਮਾਜ ਦਾ ਭਲਾ ਹੋ ਸਕੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸਾਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਪ੍ਰਤੀ ਸਾਰੇ ਉਹਨਾਂ ਬਲੌਗ ਦੇ ਰਾਹੀਂ ਸਾਰੇ ਜਿਹੜੇ ਲੋਕ ਆ ਵੱਧ ਤੋਂ ਵੱਧ ਜਾਗਰੂਕ ਹੋ ਸਕਣ ਅਤੇ ਸਾਡੇ ਸਮਾਜ ਦਾ ਭਲਾ ਹੋ ਸਕੇ ਇਹ ਜਿਹੜੇ ਬਲੌਗ ਦਾ ਨਵਾਂ ਸਿਲਸਿਲਾ ਸ਼ੁਰੂ ਹੋਇਆ ਪੰਜਾਬ ਵਿੱਚ ਖਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਜਿੱਥੇ TV ਚੈਨਲ ਜਾਂ ਨਹੀਂ ਪਹੁੰਚਦੇ ਉੱਥੇ ਇੰਟਰਨੈਟ ਹੈਗਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਬਲੌਗਾਂ ਰਾਹੀਂ ਦੇਖ ਸਕਦੇ ਅਸੀਂ ਕੀ ਕਰ ਰਹੇ ਚਿੰਤਾਜਨਕ ਵਿਸ਼ਾ ਬਣ ਚੁੱਕਿਆ ਅੱਜ ਦੀ ਡੇਟ ਦੇ ਵਿੱਚ ਸਾਡੇ ਸਮਾਜ ਲਈ ਤਾਂ ਮੇਰਾ ਖਿਆਲ ਵੀ ਜਿਹੜਾ ਇਹ ਬਲੌਗ ਜਿਹੜਾ ਬਣਾਉਣਾ ਚਾਹੀਦਾ ਇਹਦੇ ਨਾਲ ਇਸ ਤਰ੍ਹਾਂ ਸ਼ੁਰੂ ਕਰਦੇ ਅੱਜ ਦਾ ਜਿਹੜਾ ਬਲੌਗ ਹੈ ਉਹ ਮੈਨੂੰ ਲੱਗਦਾ ਵੀ ਹੁਣ ਜਿਹੜੇ ਹਿਸਾਬ ਨਾਲ ਸਾਡਾ ਸ਼ੂਟ ਟਾਈਮ ਅਸੀਂ ਆਲਰੇਡੀ ਲੇਟ ਹਾਂ ਧੁੱਪ ਹੋਰ ਤੇਜ਼ ਹੋ ਜਾਣੀ ਹੈ ਥੋੜ੍ਹੇ ਟਾਈਮ ਤੱਕ ਫਿਰ ਅਸੀਂ ਬਲੌਗ ਹੀ ਬਣਾਵਾਂਗੇ ਮੈਨੂੰ ਲੱਗਦਾ ਵੀ ਬਲੌਗ ਹੀ ਰਿਲੀਜ਼ ਕਰਨਾ ਪੈਣਾ ਕਿਉਂਕਿ ਆਉਣ ਵਾਲੇ ਦਿਨਾਂ 'ਚ ਬਲੌਗ ਹੀ ਚੱਲਣਗੇ ਮੈਨੂੰ ਲੱਗਦਾ ਵੀਡੀਓ ਦਾ ਟ੍ਰੈਂਡ ਘੱਟ ਜਾਣਾ ਹੁਣ ਲਓ ਜੀ ਇੱਕ ਪਾਸੇ ਕਹਿੰਦੇ ਮੈਚ ਚੱਲਦਾ ਫੁੱਟਬਾਲ ਦਾ ਅਤੇ ਦੂਸਰੇ ਪਾਸੇ ਅੱਜ ਦੇ ਮੁੱਖ ਮਹਿਮਾਨ ਵੀ ਪਹੁੰਚ ਚੁੱਕੇ ਨੇ ਤਨੂ ਜੀ ਨੂੰ ਮੈਂ ਅੱਜ ਪਹਿਲੀ ਵਾਰੀ ਮਿਲਿਆ ਅਤੇ ਬਹੁਤ ਚੰਗਾ ਲੱਗਿਆ ਕਾਫੀ ਟਾਈਮ ਬੈਠੇ ਗੱਲਾਂ ਬਾਤਾਂ ਹੋਈਆਂ ਬਹੁਤ ਅੱਛਾ ਲੱਗਿਆ ਪਹਿਲਾਂ ਵੀ ਦੱਸਿਆ ਸੀ ਵੀ ਇਹ ਬਲੌਗ ਜਿਹੜਾ ਬਣ ਰਿਹਾ ਇਹਦਾ ਬਹੁਤ ਫਾਇਦਾ ਹੋਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਵਾਰ ਵਾਰ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਇਹ ਵੱਧ ਤੋਂ ਵੱਧ ਬਣਾਏ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਹੋਰ ਰੁਜ਼ਗਾਰ ਮਿਲ ਸਕੇ ਤਾਂ ਇਹਦੇ 'ਤੇ ਗੌਰ ਫਰਮਾਇਓ ਜ਼ਰੂਰ ਨੈਕਸਟ ਲੋਕੇਸ਼ਨ ਟਾਕ ਟੂ ਹਰ ਰਾਈਟ then he was like oh no I'm not going he said first time acting ਮੁੰਡੇ ਨਾਲ ਤਾਂ ਸੋਹਣੇ ਲੱਗਣੇ ਚਾਹੀਦੇ ਆਪਾਂ ਤਾਂ ਲੱਗਦੇ ਰਹਿੰਦੇ ਹਾਂ ਮੈਂ ਤਾਂ ਸੋਹਣਾ ਹੀ ਇਹਨਾਂ ਦਾ ਦੇਖੋ ਮੇਕਅਪ ਪੂਰਾ ਓਕੇ ਆ ਸਵੇਰ ਦਾ ਕੀਤਾ ਹੋਇਆ ਲਾਉਣ ਵਾਲਾ
ਲਓ ਜੀ 2 ਦਿਨਾਂ ਤੋਂ ਪੂਰੀ ਜਦੋਜਹਿਦ ਤੋਂ ਬਾਅਦ ਇਹ ਆਖਰੀ ਸਾਡਾ ਜਿਹੜਾ ਸੀਨ ਬਚਿਆ ਹੈਗਾ ਆਖਰੀ ਸ਼ਾਟ ਅਸੀਂ ਲੈਣ ਲੱਗੇ ਹਾਂ ਇਦੋਂ ਬਾਅਦ 'ਚ ਬੱਲੇ ਬੱਲੇ ਹੋ ਜਾਣੀ ਆ ਧੰਨ ਧੰਨ ਹੋ ਜਾਣੀ ਆ ਗਾਣਾ ਰਿਲੀਜ਼ ਕਰ ਦੇਣਾ ਤੁਹਾਡੇ ਤੱਕ ਪਹੁੰਚ ਜਾਣਾ ਬੜੀ ਜਲਦੀ ਅਤੇ ਤੁਸੀਂ ਬੱਲੇ ਬੱਲੇ ਕਰਾ ਦੇਣੀ ਆ ਅੱਗੇ ਸਾਰਿਆਂ ਨੇ ਬੋਲ ਵੀ ਦੱਸ ਦਿਓ ਗਾਣੇ ਦੇ ਬਹੁਤ ਵਧੀਆ ਜੀ ਗਾਣੇ ਦੇ ਬੋਲ ਹੈਗੇ ਨੇ ਵੀ ਗਾਣਾ ਗਾਣਾ ਵਾਰ ਵਾਰ ਗਾਣਾ ਗਾਰ ਵਾਰ ਵਾਰ ਸੁਣਨਾ ਅਤੇ ਵਾਰ ਵਾਰ ਗਾਣਾ ਹਾਂ ਪੁੱਤ ਉਹ ਮੁੰਡਿਆਂ ਵਾਂਗੂ ਪਾਲੀ ਹੋਈ ਆ ਅੱਜ ਦਿਮਾਗ 'ਚ ਉਹ ਲਿਆ ਕਿ ਇੱਕ ਉਹ ਪਿਓ ਆ ਜਿਹਦੀ ਇੱਕ ਕੁੜੀ ਹੋਈ ਆ ਅਤੇ ਐਡਾ ਘਰ ਆ ਅਤੇ ਉਹਨੇ ਮੁੰਡਿਆਂ ਵਾਂਗੂ ਪਾਲੀ ਹੋਈ ਆ ਐਨ ਹਥਿਆਰਾਂ ਵਾਲਾ ਬੰਦਾ ਮੇਰੀ ਮੈਂ ਹਾਂ ਤੇਰਾ ਤੂੰ ਐ ਕੈਮਰਾ ਮੈਂ ਸੁੱਖ ਸੰਗੇੜਾ ਸਾਡਾ ਅੱਜ ਸੌਂਗ ਹੋ ਗਿਆ ਡਨ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ਥੈਂਕ ਯੂ ਸੋ ਮਚ ਰਾਜਵੀਰ ਵੀਰਾ ਅਤੇ ਸ਼ਿਵਾ ਵੀਰਾ ਸਪੈਸ਼ਲੀ ਜਿਹੜਾ ਪਿੱਛੇ ਵੀਡੀਓ ਬਣਾਇਆ ਬਿਹਾਈਂਡ ਦਾ ਕੈਮਰਾ ਐਂਡ ਹਰਪਿੰਦਰ ਬਾਕੀ ਸਾਡਾ ਝੋਨਾ ਅਰਸ਼ ਅਲੀ ਤਰਨ ਸਨੈਪਚੈਟ ਆਲਵੇਜ਼ ਬੀ ਰਾਜਵੀਰ ਤੁਹਾਡਾ ਆਪਣਾ ਇਹ ਸਾਡਾ ਰਵੀ ਮਲਹੋਤਰਾ ਚੰਦੀ ਰਵੀ ਚੰਦੀ ਐਂਡ ਦਿਸ ਗਾਏ ਇਹਨੇ ਬਹੁਤ ਵਧੀਆ ਰੋਲ ਪਲੇ ਕੀਤਾ ਬਹੁਤ ਵਧੀਆ ਜੇ ਨਾ ਹੁੰਦਾ ਤਾਂ ਮੈਂਡੀ ਸਾਡੇ ਮੇਕਅਪ ਅਤੇ ਇਹ ਫੂਡ ਆਈ ਮੀਨ ਟੇਕ ਕੇਅਰ ਕਰਦੇ ਉਹਨਾਂ ਦੀ ਬੱਬੂ ਇਜ਼ ਐਵਰੀਥਿੰਗ ਹੀਅਰ ਸੋ ਸਾਰੀ ਟੀਮ ਬੜੀ ਘੈਂਟ ਹੈ ਬੜੀ ਸੋਲਿਡ ਹੈ ਬਹੁਤ ਵਧੀਆ ਗਾਣਾ ਵੀ ਸਾਡਾ ਬਹੁਤ ਵਧੀਆ ਅਤੇ ਬਣਾਇਆ ਵੀ ਬਹੁਤ ਵਧੀਆ ਅਤੇ ਜਸ ਰੈਕਟਸ ਤੋਂ ਰਿਲੀਜ਼ ਹੋਣ ਜਾ ਰਿਹਾ ਲਿਖਿਆ ਹੈਗਾ ਜੀ ਬਬਲਾ ਵਿਰਕ ਨੇ ਔਰ ਮਿਊਜ਼ਿਕ ਕੀਤਾ ਹੈਗਾ ਬਿਗ ਬਰਡ ਨੇ ਬਿਗ ਬਰਡ ਸਾਡਾ ਬਹੁਤ ਪਿਆਰਾ ਵੀ ਔਰ ਵੀਡੀਓ ਜਿਹੜਾ ਕੀਤਾ ਹੈਗਾ ਸਾਡੀ ਟੀਮ ਨੇ ਜਿਹੜਾ ਉਹ ਸਾਰੇ ਗੇੜਾ ਐਂਟੀ ਬਾਕੀ ਹੁਣ ਫੋਟੋ ਖਿੱਚ ਲਓ ਹੈ ਚਲੋ ਵੀਡੀਓ ਵੀ ਆਇਓ ਔਰ ਇੱਕ ਮੁੰਡਾ ਜਿਹੜਾ ਕੈਮਰੇ ਤੇ ਹਰਪਿੰਦਰ ਬਿੱਟੂ ਆਪਣੇ ਵੱਲ ਘੁਮਾ ਲਓ ਕੈਮਰਾ ਇਟਸ ਅ ਰੈਪ